ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ 6ਵੀਂ ਕਲਾਸ ਦਾ ਨਵਾਂ ਚੈਪਟਰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਆਰੰਭਿਕ ਆਕਾਰਾਂ ਨੂੰ ਸਮਝਣਾ ਅੰਡਰਸਟੈਂਡਿੰਗ ਐਲੀਮੈਂਟਰੀ ਸ਼ੇਪਸ ਠੀਕ ਹੈ ਐਕਸਰਸਾਈਜ਼ ਕਰਨੀ 5.1 ਇਹਦੇ ਵਿੱਚ ਅਸੀਂ ਦੇਖਣਾ ਐਲੀਮੈਂਟਰੀ ਸ਼ੇਪਸ ਮਤਲਬ ਹੁਣ ਤੁਸੀਂ ਨੈਕਸਟ ਟ੍ਰਾਇੰਗਲ ਪੜ੍ਹਨੇ ਆ ਠੀਕ ਹੈ ਕੁਆਡਰિલેਟਰ ਇਹ ਹੁੰਦੇ ਐਲੀਮੈਂਟਰੀ ਸ਼ੇਪਸ ਆਰੰਭ ਬੇਸਿਕ ਸਭ ਤੋਂ ਜਿਹੜੀ ਵੀ ਸ਼ੇਪ ਹੈ ਉਹਦੇ ਵਾਸਤੇ ਹਰ ਇੱਕ ਸ਼ੇਪ ਇੱਕ ਲਾਈਨ ਤੋਂ ਬਣੀ ਰੇਖਾਖੰਡ ਤੋਂ ਰੇਖਾ ਤੋਂ ਠੀਕ ਹੈ ਹੁਣ ਇਹ ਇੱਥੇ ਦੇਖਣਾ ਹੈ ਰੇਖਾਖੰਡ ਪਹਿਲਾਂ ਹੁੰਦਾ ਹੈ ਕਿ ਇਹ ਤੁਹਾਨੂੰ ਪਤਾ ਰੇਖਾਖੰਡ ਉਹ ਹੈ ਜਿਹਦਾ ਸਟਾਰਟਿੰਗ ਪੁਆਇੰਟ ਵੀ ਹੈ ਤੇ ਐਂਡ ਪੁਆਇੰਟ ਵੀ ਜਿਸ ਤਰ੍ਹਾਂ ਜਿਹੜੀ ਰੇਖਾਖੰਡ ਮੈਂ ਬਣਾਈ ਹੈ A ਤੋਂ ਸ਼ੁਰੂ ਹੋ ਕੇ B ਤੱਕ ਜਾਣ ਲਈ ਠੀਕ ਹੈ ਇਹਨੂੰ ਅਸੀਂ ਮੈજર ਕਰ ਸਕਦੇ ਹਾਂ ਮਾਪ ਕਰ ਸਕਦੇ ਹਾਂ ਸਾਡੇ ਕੋਲ ਸਕੇਲ ਹੈ ਤੱਡੇ ਸਰੈਂਡ ਜਿਓਮੈਟਰੀ ਬਾਕਸ ਵਿੱਚ ਹੁੰਦਾ ਸਕੇਲ ਇਹਦੀ ਹੈਲਪ ਨਾਲ ਇਸ ਇਨੂੰ ਅਸੀਂ ਮੈਜ਼ਰ ਕਰ ਸਕਦੇ ਆ ਇਹ ਦੇਖਾਂਗੇ ਕਿ ਕਿਸ ਤਰ੍ਹਾਂ ਮੈਜ਼ਰ ਕਰਨਾ ਹੁਣ ਇਹੀ ਜਿਹੜੀ ਮੈਂ ਲਾਈਨ ਬਣਾਈ ਹੈ ਇਹਨੂੰ ਜੇ ਮੈਜ਼ਰ ਕਰਨਾ ਕਿਸ ਤਰ੍ਹਾਂ ਕਰਨਾ ਦੇਖੋ ਮੈਜ਼ਰ ਇਹ ਜਿਹੜਾ ਆ ਸਾਡੇ ਕੋਲ ਅਜਰ 스ਕੇਲ ਹੈ ਇਹ ਹੈਗਾ ਇਹਦਾ ਸਟਾਰਟਿੰਗ ਪੁਆਇੰਟ ਜ਼ੀਰੋ ਮਾਰਕ ਠੀਕ ਹੈ 1 ਸੈਂਟੀਮੀਟਰ 2 ਇਸ ਤਰ੍ਹਾਂ ਅਸੀਂ ਕੀ ਕਰਨਾ ਹੈ ਜਿਹੜੀ ਵੀ ਲਾਈਨ ਨੂੰ ਅਸੀਂ ਮੈਜ਼ਰ ਕਰਨਾ ਹੈ ਉਹਦੇ ਜਿਹੜਾ ਜ਼ੀਰੋ ਮਾਰਕਸ স্কেল ਦਾ ਉਹਦੇ ਇਨੀਸ਼ੀਅਲ ਸਟਾਰਟਿੰਗ ਪੁਆਇੰਟ ਤੇ ਰੱਖਣਾ ਠੀਕ ਹੈ ਤੇ ਨੈਕਸਟ ਪੁਆਇੰਟ ਦੇਖੋ ਕਿੱਥੋਂ ਤੱਕ ਜਾ ਰਿਹਾ ਲਾਸਟ ਪੁਆਇੰਟ ਠੀਕ ਹੈ ਸਟਾਰਟਿੰਗ ਪੁਆਇੰਟ ਅਹੀਂ ਜ਼ੀਰੋ ਤੇ ਰੱਖ ਲੈ ਤੇ ਲਾਸਟ ਪੁਆਇੰਟ ਦੇਖੋ ਕਿਹੜੇ ਮਾਰਕ ਤੱਕ ਜਾ ਰਿਹਾ ਇਹ ਜਾ ਰਿਹਾ ਹੈ ਸਾਡੇ ਕੋ 5 ਤੱਕ ਠੀਕ ਹੈ ਇਹ 5 ਤੱਕ ਤੇ ਮੈਂ ਤੁਹਾਨੂੰ ਦਿਖਾਉਣਾ 5 ਤੱਕ ਇਸ ਤਰ੍ਹਾਂ ਠੀਕ ਹੈ 5 ਤੱਕ ਇਹਦਾ ਮਤਲਬ ਏ ਜਿਹੜੀ ਲਾਈਨ ਹੈ ਇਹਦੀ ਲੈਂਥ ਕਿੰਨੀ ਹੈ 5 ਸੈਂਟੀਮੀਟਰ ਠੀਕ ਹੈ ਅਜਿਹਾ ਤੁਹਾਡਾ ਸਕੇਲ ਹੈ ਸੈਂਟੀਮੀਟਰਾਂ ਚ ਹੁੰਦਾ ਹੈ ਠੀਕ ਹੈ ਇਹ ਹੋ ਗਿਆ Z ਦੇ ਕੋ 1 1 ਸੈਂਟੀਮੀਟਰ 2 3 4 ਠੀਕ ਹੈ ਇਹ 15 ਸੈਂਟੀਮੀਟਰ ਦਾ ਸਕੇਲ ਹੈ ਤੁਹਾਡਾ ਕਈ ਜਿਹੜੇ ਹੁੰਦੇ ਆ ਉਹ ਸਾਡੇ ਕੋ 15 ਤੋਂ ਜ਼ਿਆਦਾ 30 ਸੈਂਟੀਮੀਟਰ ਦਾ ਵੀ ਹੁੰਦਾ ਹੈ ਠੀਕ ਹੈ ਇਹ ਅਸੀਂ ਕਿਸ ਤਰ੍ਹਾਂ ਕਿਸੇ ਲਾਈਨ ਨੂੰ ਲਾਈਨ ਸੈਗਮੈਂਟ ਨੂੰ ਮੈਅਰ ਕਰ ਸਕਦੇ ਹਾਂ एक्सरसाइज ਵਿੱਚ ਸਿੰਪਲ ਸਿੰਪਲ ਪ੍ਰਸ਼ਨ ਹੈ ਜਿਸ ਤਰ੍ਹਾਂ ਪਿੱਲਾ ਰੇਖਾਖੰਡ ਦੀ ਤੁਲਨਾ ਕੇਵਲ ਦੇਖ ਕੇ ਕਰਨ ਵਿੱਚ ਕੀ ਨੁਕਸਾਨ ਹੈ ਹੁਣ ਇਹ ਜਿਹੜੀ ਰੇਖਾਖੰਡ ਹੈ ਇਸ ਤਰ੍ਹਾਂ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕਦੇ ਅਸੀਂ ਕਿੰਨੀ ਕਿੰਨੇ ਸੈਂਟੀਮੀਟਰ ਦੀ ਹੈ ਠੀਕ ਹੈ ਨੁਕਸਾਨ ਕੀ ਹੈ ਉਹਨੇ ਪੁੱਛਿਆ ਰੇਖਾਖੰਡ ਦੀ ਤੁਲਨਾ ਕੇਵਲ ਦੇਖ ਕੇ ਕਰਨ ਵਿੱਚ ਕੀ ਨੁਕਸਾਨ ਹੈ ਦੇਖ ਕੇ ਵੱਧ ਘਟ ਵੀ ਇਸੇ ਕਹਿ ਸਕਦੇ ਜਿ세 ਤਰ੍ਹਾਂ ਸਕੀਲ ਨਾਲ ਸਾਨੂੰ ਐਗਜ਼ੈਕਟ ਪਤਾ ਲੱਗਿਆ 5 ਸੈਂਟੀਮੀਟਰ ਦੇਖ ਕੇ ਕਹਿਣਾ ਵੇ ਹੋ ਸਕਦਾ 5 ਤੋਂ ਹੀ ਘਟ ਕਹਿ ਦੀਏ ਵੱਧ ਕਹਿ ਦੀਏ ਠੀਕ ਹੈ ਦੂਸਰੇ ਵਿੱਚ ਪੁੱਛਦਾ ਇੱਕ ਰੇਖਾਖੰਡ ਦੀ ਲੰਬਾਈ ਮਾਪਣ ਦੇ ਫੁੱਟੇ ਦੇ ਮੁਕਾਬਲੇ ਵਿਭਾਜਕ ਦੀ ਵਰਤੋਂ ਕਰਨਾ ਚੰਗਾ ਕਿਉਂ ਹੈ ਹੁਣ ਵਿਭਾਜਕ ਹੁੰਦਾ ਹੈ ਦੇਖੋ ਜਿਸ ਤਰ੍ਹਾਂ ਇਹ ਤੁਹਾਡੇ ਪ੍ਰਕਾਰ ਹੈ ਇੱਕ ਇਹਦੇ ਨਾਲ ਦੇ ਤੁਹਾਡੇ ਜਿਓਮੈਟਰੀ ਬਾਕਸ ਵਿੱਚ ਹੋਰ ਹੁੰਦੀ ਉਹਦੇ ਦੋਵੇਂ ਪਾਸੇ ਨੀਡਲਸ ਲੱਗੀਆਂ ਹੁੰਦੀਆਂ ਉਹਨੂੰ ਕਹਿੰਦੇ ਵਿਭਾਜਕ ਕਿੰਨੇ ਇੱਕ ਤੇ ਅਸੀਂ ਫੁੱਟੇ ਨਾਲ ਮੀਰ ਕਰ ਲਈ ਲਾਈਨ ਵਿਭਾਜਕ ਇਹਦੀ ਮਰਤ ਨੂੰ ਇਹ ਇਹਦੇ ਨੇ ਕਿਸ ਤਰ੍ਹਾਂ ਮੀਰ ਕਰਦੇ ਠੀਕ ਹੈ ਇੱਕ ਸੂਈ ਇਹਦੀ ਰੱਖਣੀ ਜਿੱਥੋਂ ਲਾਈਨ ਸ਼ੁਰੂ ਹੋਣੀ ਦੂਸਰੀ ਸੂਈ ਜਿੱਥੋਂ ਤੱਕ ਲਾਈਨ ਜਿੱਥੇ ਖਤਮ ਹੋਣੀ ਬਾਅਦ ਚ ਇੰਨੀ ਨੂੰ ਅਸੀਂ ਸਕੇਲ ਦੇ ਹੈਲਪ ਨਾਲ ਅਸੀਂ ਮੀਰ ਕਰ ਸਕਦੇ ਹਾਂ ਇੰਨੀ ਲੈਂਥ ਨੂੰ ਏ ਵੀ ਸਾਡੇ ਕੋ ਕਿੰਨੇ ਪੂਰੇ 5 ਸੈਂਟੀਮੀਟਰ ਆ ਰਹੇ ਠੀਕ ਹੈ ਤੇ ਇਹਦੇ ਨਾਲ ਜਿਹੜੇ ਕਹਿੰਦਾ ਕੀ ਫਾਇਦਾ ਵਾ ਫੁੱਟੇ ਤੋਂ ਫੁੱਟੇ ਦੇ ਬਜਾਏ ਜੇ ਕਰਸੀ ਵਿਭਾਜਕ ਤੇ ਵਰਤੋਂ ਨਾਲ ਮੈਰ ਕਰਦੇ ਤੇ ਸਾਡੇ ਕੋ ਐਕੂਰੇਟ ਜ਼ਿਆਦਾ ਐਕੂਰੇਸੀ ਹੁੰਦੀ ਜ਼ਿਆਦਾ ਅਸੀਂ ਸਹੀ ਤਰੀਕੇ ਨਾਲ ਦੇਖ ਸਕਦੇ ਠੀਕ ਹੈ ਤੀਸਰਾ ਪ੍ਰਸ਼ਨ ਜਿਹੜਾ ਹੈ ਕਹਿੰਦਾ ਕੋਈ ਰੇਖਾਖੰਡ AB ਖਿਚੋ A ਅਤੇ B ਦੇ ਵਿਚਕਾਰ ਕੋਈ ਬਿੰਦੂ C ਲੋ ਠੀਕ ਹੈ ਇੱਕ ਸਹੀ ਰੇਖਾਖੰਡ ਬਣਾਉਣੀ ਹੈ AB ਤੇ ਇਹਦੇ ਵਿੱਚ ਕੋਈ ਬਿੰਦੂ C ਲੈਣਾ ਹੈ ਜਿਸ ਤਰ੍ਹਾਂ AB ਮੇ ਰੇਖਾਖੰਡ ਬਣਾ ਲਈ ਇਹਦੇ ਵਿੱਚ ਕੋਈ ਬਿੰਦੂ ਮੈਂ C ਲੈ ਐਸੀ ਬਿੰਦੂ ਇਸੇ ਰੇਖਾਖੰਡ ਦੇ ਉੱਪਰ AB BC ਅਤੇ CA ਦੀ ਲੰਬਾਈ ਮਾਪੋ ਹੁਣ AB BC ਅਤੇ CA ਦੀ ਲੰਬਾਈ ਹੁਣ AB ਕਿੰਨੀ ਹੈ ए बी तुझे तो देखोगे ये को दस सेंटीमीटर है ठीक है ए बी कि इतने लिख देना ए तो ए बी मतलब ए तो लैके बी तक दस सेंटीमीटर बीसी जी है बीसी ए होगी ठीक है वह हैगी एक तो लैके तीन तक यानी कि बी सी होगी साढ़े को तीन सेंटीमीटर सी ए सी तो लैके ए, ए तो लैके सी होगी सत्त सेंटीमीटर AC ਨੇ ਦੀ ਮੈਜਰਸ ਲਿਖ ਲਈਆਂ ਇਸ ਵਿੱਚੋਂ ਕਿ AB ਬਰਾਬਰ AC CB ਦੇ ਕਹਿੰਦਾ ਕੀ ਦੱਸੋ AB ਜਿਹੜੀ AC CA ਦੇ ਬਰਾਬਰ ਹੈ ਇਹ ਦੱਸਣਾ ਹੁਣ AB ਕਿੰਨੀ ਹੈ ਸਾਡੇ ਕੋਲ 10 ਸੈਂਟੀਮੀਟਰ AC AC ਜਾਂ CA ਇੱਕੋ ਗੱਲ ਠੀਕ ਹੈ AC ਦਾ ਮਤਲਬ A ਤੋਂ ਲੈ ਕੇ C ਤੱਕ ਤੇ CA ਦਾ ਮਤਲਬ C ਤੋਂ ਲੈ ਕੇ A ਤੱਕ ਇੱਕੋ ਹੀ ਹੈ जिनी लंबाई ए तो सी तक होएगी उन्नी सी तो ए तक होएगी। ए सी हैगी सत सेंटीमीटर तो सी ए हैगी ए सी जमा इत बी सी आएगा सॉरी बी सी या सी बी ठीक है तो बी सी हैगी तीन तो बिल्कुल सही है दस बराबर तीन इधर भी कि दस तो इत देना हाँ ए बी बराबर है ए सी जमा सी बीते ठीक है ਯਾਨੀ ਕਿ AC ਜਮਾ CB ਜਮਾ ਦਾ ਮਤਲਬ ਜੋੜਨਾ ਹੈ AC ਤੇ CB ਨੂੰ ਜੋੜੀਏ ਸਾਡੇ ਕੋਲ AB ਲਾਈਨ ਸਾਨੂੰ ਮਿਲੇਗੀ ਕਲੀਅਰ ਨੈਕਸਟ ਯਰ ਫੋਰਥ ਕੁਐਸਚਨ ਹੈ ਇਹਦੇ ਵਿੱਚ ਕੀ ਕਹਿ ਰਿਹਾ ਸਾਨੂੰ ਇੱਕ ਰੇਖਾਖੰਡ ਉੱਤੇ ਬਿੰਦੂ AB ਅਤੇ C ਇਸ ਪ੍ਰਕਾਰ ਹਨ AB 5 ਸੈਂਟੀਮੀਟਰ BC 3 ਸੈਂਟੀਮੀਟਰ ਅਤੇ AC 8 ਸੈਂਟੀਮੀਟਰ एक केंद्र रेखा खंड है ये तो तीन बिंदु ने साडे को ए रेखा खंड है तीन बिंदु ने इस तरह इतें पॉइंट सीए इत बी है ए बी बराबर आ देखो ए तो लैके बीता कि हो गया साढ़े को पांच सेंटीमीटर bc ਬਰਾਬਰ b ਤੋਂ ਲੈ ਕੇ c ਤੱਕ 3 ਸੈਂਟੀਮੀਟਰ ਤੇ ਪੂਰਾ ac ਜਿਹੜਾ ਉਹ ਹੈਗਾ ਸਾਡੇ ਕੋਲ 8 ਸੈਂਟੀਮੀਟਰ a ਤੋਂ ਲੈ ਕੇ c ਤੱਕ ਅੱਗੇ ਉਹ ਕਹਿ ਰਿਹਾ ਇਸ ਵਿੱਚੋਂ ਕਿਹੜਾ ਬਿੰਦੂ ਦੂਸਰੇ ਦੋਵਾਂ ਬਿੰਦੂਆਂ ਦੇ ਵਿਚਕਾਰ ਸਥਿਤ ਹੈ ਤੇ ਓਬਵੀਅਸਲੀ ਜਿਹੜਾ b ਬਿੰਦੂ ਹੈ ਉਹ a ਤੇ c ਤੇ ਵਿਚਕਾਰ ਹੈ ਠੀਕ ਹੈ b ਬਿੰਦੂ a ਅਤੇ ਸੀ ਦੇ ਵਿਚਕਾਰ ਹੈ ਠੀਕ ਹੈ ਨੈਕਸਟ ਜਿਹੜਾ ਪੰਜਵਾਂ ਹੈ ਉੱਥੇ ਸਾਨੂੰ ਇੱਕ ਡਾਇਗਰਾਮ 기ਵਨ ਹੈ ਪਹਿਲਾਂ ਡਾਇਗਰਾਮ ਬਣਾਉਣਾ ਇੱਕ ਰੇਖਾ ਹੈ ਉਹਦੇ ਤੇ ਸਾਨੂੰ 7 ਬਿੰਦੂ 기ਵਨੇ ਨੇ ਬਰਾਬਰ ਦੂਰੀ ਤੇ ਠੀਕ ਹੈ ਤਾਂ ਮੈਂ ਬਿੰਦੂ ਲਾ ਦਿੰਨਾ ਲੋ ਪਹਿਲੇ ਬਿੰਦੂ 0 ਮਾਰਕ 1 2 3 4 5 6 7 ਹੁਣ ਜਿਹੜਾ 1 ਨੰਬਰ ਤੇ ਉਹਨੂੰ ਏ ਕਹਤਾ ਬੀ ਸੀ 4 ਨੰਬਰ ਵਾਲੇ ਨੂੰ ਡੀ ਈ ਐਫ ਤੇ ਜੀ ਜਾਂਚ ਕਰੋ ਡੀ ਰੇਖਾਖੰਡ ਏ ਜੀ ਦਾ ਮੱਧ ਬਿੰਦੂ ਹੈ ਠੀਕ ਹੈ d ਬਿੰਦੂ ਜਿਹੜਾ ਹੈ ਰੇਖਾਖੰਡ eg ਮਤਲਬ a ਤੋਂ ਲੈ ਕੇ g ਤੱਕ ਜਿਹੜੀ ਰੇਖਾਖੰਡ ਹੈ ਇੰਨੀ ਠੀਕ ਹੈ ਇਹਦਾ ਮੱਧ ਬਿੰਦੂ ਮੱਧ ਬਿੰਦੂ ਦਾ ਮਤਲਬ ਪੂਰਾ ਸੈਂਟਰ ਵਿੱਚ ਹੁਣ ਸੈਂਟਰ ਵਿੱਚ ਹੈਗਾ ਦੇਖੋ d ਤੋਂ ਇਧਰ ਵੀ ਤਿੰਨ ਇਕਾਈਆਂ 1 2 ਤੇ 3 ਇਧਰ ਵੀ ਤਿੰਨ 1 2 ਤੇ 3 ਠੀਕ ਹੈ ਇਹਦਾ ਮਤਲਬ ਕਿਉਂਕਿ a ਤੋਂ ਲੈ ਕੇ d ਤੱਕ a ਤੋਂ ਲੈ ਕੇ d ਤੱਕ ਆ ਜਿਹੜਾ ਰੇਖਾਖੰਡ ਬਣਿਆ ਸਾਡੇ ਕੋਲ ad ਇਕ ਕਿਹਦੇ ਬਰਾਬਰ ਹੈ ਡੀ ਤੋਂ ਲੈ ਕੇ ਜੀ ਤੱਕ ਯਾਨੀ ਕਿ ਡੀ ਜੀ ਠੀਕ ਹੈ ਇਹ ਦੋਵੇਂ ਸਾਡੇ ਕੋਲ ਤਿੰਨ ਤਿੰਨ ਯੂਨਿਟ ਹੈ ਯਾਨੀ ਕਿ ਤਿੰਨ ਇਕਾਈਆਂ ਨੇ ਏ ਡੀ ਵੀ ਤਿੰਨ ਇਕਾਈਆਂ 1 2 3 ਤੇ ਡੀ ਜੀ ਵੀ ਕਿੰਨੀਆਂ ਤਿੰਨ ਇਕਾਈਆਂ 1 2 3 ਇਹਦਾ ਮਤਲਬ ਡੀ ਫਿਰ ਜਿਹੜਾ ਹੈ ਏ ਤੇ ਜੀ ਤੇ ਰੇਖਾਖੰਡ ਏ ਜੀ ਦੇ ਪੂਰੇ ਸੈਂਟਰ ਵਿੱਚ ਹੈ ਤੇ ਕਹਿ ਸਕਦੇ ਹਾਂ ਡੀ ਰੇਖਾਖੰਡ ਏ ਜੀ ਦਾ ਮੱਧ ਬਿੰਦੂ ਹੈ ਮੱਧ ਬਿੰਦੂ ਹੈ ਠੀਕ ਹੈ ਇਸੇ ਤਰ੍ਹਾਂ ਹੀ ਨੈਕਸਟ ਵੀ ਬੀ ਰੇਖਾ ਖੰਡ AC ਦਾ ਮੱਧ ਬਿੰਦੂ ਹੈ ਅਤੇ C ਰੇਖਾ ਖੰਡ BD ਦਾ ਮੱਧ ਬਿੰਦੂ ਹੈ ਜਿੱਥੇ ABC ਅਤੇ D ਇੱਕ ਹੀ ਰੇਖਾ ਉੱਤੇ ਸਥਿਤ ਹਨ ਦੱਸੋ ਕਿ AB CD ਕਿਉਂ ਹੈ ਮंजे ਜੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਇਹਦੇ ਵਿੱਚ ਚਾਰ ਬਿੰਦੂਆਂ ਦੀ ਗੱਲ ਕਰਦਾ ਪਿਆ ਉਹ ABCD ਇੱਕੋ ਹੀ ਰੇਖਾਖੰਡ ਤੇ AC ਦਾ ਮੱਧ ਬਿੰਦੂ B ਹੈ ਪਹਿਲਾਂ ਮੈਂ AC ਲਾਈਨ ਬਣਾਉਣਾ ਇੱਥੇ ਜਿਸ ਤਰ੍ਹਾਂ ਮੈਂ AC ਬਣਾ ਲਈ 6 ਸੈਂਟੀਮੀਟਰ ਠੀਕ ਹੈ ਤੇ 6 ਦਾ ਅੱਧ ਤੁਹਾਨੂੰ ਪਤਾ ਕਿੰਨਾ ਹੁੰਦਾ 3 ਇਹਦਾ ਮਤਲਬ ਆ ਜੇ AC ਹੈ ਤੇ B ਇਹਦਾ ਕੀ ਹੈ ਮੱਧ ਬਿੰਦੂ ਤੇ ਜੀ bc ਦਾ ਮੱਧ ਬਿੰਦੂ ਮਤਲਬ abk ਦੇ ਬਰਾਬਰ ਹੋਏਗੀ ਫਿਰ bc ਦੇ ਠੀਕ ਹੈ ਅਮਨ ਨਿਸ਼ਾਨ ਲਾਤੇ ਯਾਨੀ ਕਿ ab ਰੇਖਾਖੰਡ a ਤੋਂ ਲੈ ਕੇ b ਤੱਕ ਤੇ bc ਰੇਖਾਖੰਡ b ਤੋਂ ਲੈ ਕੇ c ਤੱਕ ਕਿਨੇ ਬਰਾਬਰ ਨੇ ਕਿਉਂਕਿ bc ਦੇ ਮੱਧ ਵਿੱਚ ਅਤੇ c ਰੇਖਾਖੰਡ bd ਦਾ ਮੱਧ ਬਿੰਦੂ ਹੁਣ c ਜਿਹੜਾ bd ਕੋਈ ਰੇਖਾਖੰਡ ਹੈ ਯਾਨੀ ਕਿ b ਤੋਂ ਲੈ ਕੇ d ਤੱਕ c ਉਹਦਾ ਮੱਧ ਬਿੰਦੂ bd ਦਾ ਹੁਣ BC 3 ਨੇ ਤੇ ਅੱਗੇ ਮਤਲਬ D ਵੀ 3 ਸੈਂਟੀਮੀਟਰ ਅੱਗੇ ਹੋ ਗਿਆ ਇੱਥੇ ਹੋ ਗਿਆ ਸਾਡੇ ਕੋਲ D ਪੁਆਇੰਟ ਠੀਕ ਹੈ ਯਾਨੀ ਕਿ ਹੁਣ C ਜਿਹੜਾ ਉਹ ਕਿਹਦਾ ਮੱਧ ਬਿੰਦੂ ਹੋ ਗਿਆ B D ਦਾ ਇਹਦਾ ਮਤਲਬ BC ਕਿਤੇ ਬਰਾਬਰ ਹੋ ਗਈ CD ਦੇ BC CD ਮਤਲਬ ਤਿੰਨੇ ਆਪਸ ਚ ਇਕੁਅਲ ਹੋ ਗਏ ਇਹਦਾ ਮਤਲਬ AB BC AB BC ਦੇ ਬਰਾਬਰ ਕਿਉਂ ਕਿ ਕਿ B AC ਦਾ ਮੱਧ ਬਿੰਦੂ ਹੈ ਤੇ bc ਅਗੋ ਫਰਦਰ cd ਦੇ ਬਰਾਬਰ ਕਿਉਂ c ਜਿਹੜਾ bd ਦਾ ਮੱਧ ਬਿੰਦੂ ਤੇ ਇੱਥੋਂ ਅਸੀਂ ਕਹਿ ਸਕਦੇ ਹਾਂ ab ਜਿਹੜੀ ਉਹ ਕਿਦੇ ਬਰਾਬਰ ਹੋ ਜਾਣੀ ਫਿਰ cd ਦੇ ਠੀਕ ਹੈ ਇਹੀ ਆਹੀ ਪ੍ਰੂਫ ਕਰਨਾ ਸੀਗਾ a ਹੈਗਾ ਤੁਹਾਡਾ ਕੁਐਸਚਨ ਨੰਬਰ 6th ਹੈ 5th ਨਹੀਂ ਸੋਰੀ 6th ਕੁਐਸਚਨ ਹੈ ਨੈਕਸਟ ਜਿਹੜਾ 7th ਹੈ ਪੰਜ ਤ੍ਰਿਭੁਜ ਜੋ ਤ੍ਰਿਭੁਜਾ ਬਣਾਓ ਤੇ ਉਹਨਾਂ ਦੀਆਂ ਪੁਜਾਵਾਂ ਨੂੰ ਮਾਪੋ ਹਰ ਇੱਕ ਸਥਿਤੀ ਵਿੱਚ ਜਾਂਚ ਕਰੋ ਕਿ ਕਿਸੇ ਵੀ ਦੋ ਪੁਜਾਵਾਂ ਦੀਆਂ ਲੰਬਾਈਆਂ ਦਾ ਜੋੜ ਤੀਸਰੀ ਪੁਜਾ ਦੀ ਲੰਬਾਈ ਤੋਂ ਹਮੇਸ਼ਾ ਵੱਡਾ ਹੁੰਦਾ ਹੈ ਕਹਿੰਦਾ ਅਸੀਂ ਕੀ ਬਣਾਉਨੇ ਤ੍ਰਿਭੁਜ ਬਣਾਉਨੇ ਨੇ ਪੰਜ ਤ੍ਰਿਭੁਜ ਠੀਕ ਹੈ ਮੈਂ ਤੁਹਾਨੂੰ ਇੱਕ ਬਣਾ ਕੇ ਦੱਸਦਾ ਜਿਸ ਤਰ੍ਹਾਂ ਮੈਂ ਤ੍ਰਿਭੁਜ ਬਣਾਇਆ ਹੁਣ ਇਹਨਾਂ ਦੀਆਂ ਲੰਬਾਈਆਂ ਮਾਪਣੀਆਂ ਸੀ ਜਿਸ ਤਰ੍ਹਾਂ ਇਹ ਤ੍ਰਿਭੁਜ ਨੂੰ ਮੈਂ ABC ਕਹਿੰਦਾ ਹੁਣ ਇਹਦੇ ਵਿੱਚ ਜਿਹੜੀ AB ਭੁਜਾ ਹੈ AB ਹੈਗੀ ਹੈ 5 ਸੈਂਟੀਮੀਟਰ ਤੁਹਾਨੂੰ ਮੈਂ ਹੁਣੇ ਦੱਸਿਆ ਕਿਸ ਤਰ੍ਹਾਂ ਮਾਪਣੀ ਹੈ जितों लाइन शुरू हो रेखाखंड उ जीरो मार्क रखना स्केल का ठीक है तो कितों तक जाना जिथे खत्म होने लाइन वो देख लेना कितों तक पाँच तक गया यह होगी पं सेंट्टीमीटर उस तरह बीसी मापी बीसी है, है साढ़े को पाँच पॉइंट पाँच, ठीक है ये साढ़े को पाँच पॉइंट पाँच तक जान दी इतों तक अ ਏ 5.5 ਇਹ 5 ਹੈ ਇਹ ਆ ਗਈ ਠੀਕ ਹੈ BC ਆਗੇ ਸਾਡੇ ਕੋ 5.5 ਸੈਂਟੀਮੀਟਰ ਯਾਨੀ ਕਿ 5.5 ਸੈਂਟੀਮੀਟਰ ਤੇ AC ਨਾ ਆਪਾਂ ਕਿ O ਆਏਗੀ 6 ਸੈਂਟੀਮੀਟਰ ਤਿੰਨੇ ਪੁਜਾ ਮਾਪ ਲੈਨੇ ਜਿਸ ਤਰ੍ਹਾਂ ਦੀ ਮਰਜੀ ਤ੍ਰਿਭੁਜ ਬਣਾ ਲਓ ਹੁਣ ਅਸੀਂ ਕੀ ਦੇਖਣਾ ਹੈ ਕਿੰਦਾ ਪ੍ਰੂਫ ਕਰੋ ਕਿਸੇ ਵੀ ਦੋ ਪੁਜਾਵਾ ਦਾ ਜੋੜ ਤੀਸਰੀ ਪੁਜਾ ਨੂੰ ਪੁਜਾ ਨੂੰ ਹਮੇਸ਼ਾ ਵੱਡਾ ਹੁੰਦਾ ਹੈ ਇਸ ਤਰ੍ਹਾਂ ਮੈਂ AB ਤੇ BC ਨੂੰ ਜੋੜਿਆ AB ਕਿੰਨੇ 5 5 ਵਿੱਚ 5.5 ਜੋੜਿਆ 5 ਤੇ 5.5 ਕਿੰਨੇ ਹੋਗੇ 10.5 ਹੁਣ 10.5 ਜਿਹੜਾ 6 ਨਾਲੋਂ ਵੱਡਾ ਹੈ ਇਹਦਾ ਮਤਲਬ AB ਤੇ BC ਦਾ ਜੋੜ AC ਨਾਲੋਂ ਕੀ ਹੈ ਵੱਡਾ ਕਿਉਂਕਿ AB ਤੇ BC ਦਾ ਜੋ 10.5 ਸਰ ਹੈ ਤੇ AC ਹੈਗੀ 6 ਠੀਕ ਹੈ ਉਸੇ ਤਰ੍ਹਾਂ ਜੇ ਮੈਂ BC ਤੇ AC ਨੂੰ ਜੋੜਾਂਗਾ BC 5.5 ਸਾਢੇ 5 ਵਿੱਚ 6 ਜੋੜਿਆ ਇਹ ਆ ਗਿਆ ਸਾਡੇ ਕੋਲ 11 ਤੇ ਉਹ ਵੀ ਜਿਹੜਾ AB ਨਾਲੋਂ ਕੀ ਆਏਗਾ ਵੱਡਾ ਆਏਗਾ ਠੀਕ ਹੈ ਇਹਨਾਂ ਤੋਂ ਵੱਧ ਜੋੜ ਸਾਢੇ 11 ਜਿਹੜਾ 5 ਨਾਲੋਂ ਵੱਡਾ ਤੇ ਜੇ ਮੈਂ AC ਤੇ AB ਨੂੰ ਜੋੜਿਆ AC ਤੇ AB ਨੂੰ ਜੋੜਿਆ 6 5 AC 6 ਹੈ ਤੇ AB 5 ਇਹ ਆ ਗਿਆ 11 ਤੇ 11 ਜਿਹੜਾ 5.5 ਨਾਲੋਂ ਕੀ ਹੈ ਵੱਡਾ ਹੈ ਠੀਕ ਹੈ ਮਤਲਬ ਕਿਸੇ ਵੀ ਤ੍ਰਿਭੁਜ ਦੀਆਂ ਦੋ ਪ भुजाਆਂ ਦਾ ਜੋੜ ਤੀਸਰੀ ਨਾਲੋਂ ਹਮੇਸ਼ਾ ਕਿੰਦਾ ਵੱਡਾ ਹੈ ਇਹ ਇੱਕ ਤ੍ਰਿਭੁਜ ਵਾਸਤੇ ਮੈਂ ਦੱਸਿਆ ਤੁਸੀਂ ਇਸ ਤਰ੍ਹਾਂ ਦੇ ਪੰਜ ਤ੍ਰਿਭੁਜ ਬਣਾਉਣੇ ਆ ਕੋਈ ਵੀ ਉਹਨਾਂ ਦੀਆਂ ਪ भुजाਆਂ ਮਾਪ ਕੇ ਹਰੇਕ ਤ੍ਰਿਭੁਜ ਵਿੱਚ ਇਹ ਦੇਖਣਾ ਹੈ ਕਿ ਦੋ ਪ भुजाਆਂ ਦਾ ਜੋੜ ਤੀਸਰੀ ਨਾਲੋਂ ਵੱਡਾ ਹੈ ਜਾਂ ਨਹੀਂ ਹੈ ਠੀਕ ਹੈ ਧੰਨਵਾਦ ਸਾਰੇ ਹਾਂ ਦਾ